ਮੇਰੇ ਸਾਰੇ ਦੇਸ਼ ਵਾਸੀਆਂ ਨੂੰ, ਮੇਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਵੱਲੋਂ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈਆਂ ਦਿੰਦਾ। ਮੇਰੇ ਪਿਆਰੇ ਵੀਰੋ, ਜਿਹੜੇ ਅੱਜ ਕਿਸਾਨ ਦੇ ਹਾਲਾਤ ਨੇ, ਵਧਾਈਆਂ ਸੁੱਕੀਆਂ ਵਧਾਈਆਂ ਲੈਣ ਵਾਲੇ ਹੋ। ਰਾਸ਼ਟਰਵਾਦ ਦਾ ਨਾਂ ਜੇ ਇਹਨਾਂ ਬਗੈਰ ਪੂਰਾ ਹੁੰਦਾ ਤਾਂ ਦੱਸ ਦਿਓ ਸਾਨੂੰ। ਅੱਜ ਅਸੀਂ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਇੱਥੇ ਚੌਂਕ 'ਤੇ ਸਾੜ ਰਹੇ ਹਾਂ। ਕਿਸਾਨ ਦੀ ਕਿੱਡੀ ਵੱਡੀ ਮਜਬੂਰੀ ਹੈ, ਜੇ ਇੰਨੀ ਫੁੱਟ ਜਵਾਕ ਚੁੱਕ ਕੇ ਅਤੇ ਚੁੱਲ੍ਹੇ 'ਚ ਧੂਈ 'ਚ ਸੁੱਟਦੇ, ਚਪੇੜਾਂ ਪੈਂਦੀਆਂ ਨੇ ਸਾਡੇ, ਅਸੀਂ ਮਾਰੀਆਂ ਆਪਣੇ ਜਵਾਕਾਂ ਨੂੰ, ਪਰ ਬਦਕਿਸਮਤੀ ਸਾਡੀ, ਬੜੇ ਦੁੱਖ ਨਾਲ ਸਾਨੂੰ ਆਪਣੀ ਫਸਲ ਨੂੰ ਇੱਥੇ ਸਾੜਨਾ ਪੈ ਰਿਹਾ। ਨਰਮਾ ਜਿਹੜਾ ਨਰਮਾ ਸਾਡਾ ਇੱਥੇ ਖੜਾ ਹੈ, 70-80 ਟਰਾਲੀਆਂ ਅਸੀਂ 6500 ਰੁਪਈਏ ਦੇ ਰੇਟ ਤੋਂ ਘੱਟ ਕਿਸੇ ਕੀਮਤ 'ਤੇ ਨਹੀਂ ਵੇਚਣੀਆਂ। ਮਰ ਜਾਣਾ ਮਨਜ਼ੂਰ ਹੈ, ਮਰ ਜਾਂਗੇ। 12:30 ਵਜਲਿਆ ਸਟੈਪ ਤੋਂ ਬਾਅਦ ਜੇ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਉਸ ਤੋਂ ਬਾਅਦ ਜੇ ਇਹ ਕਹਾਣੀ ਸਾਡੇ ਉੱਤੇ ਵਾਪਰਦੀ ਹੈ ਤੇ ਵਾਪਰ ਜੇ, ਅਸੀਂ ਕਰੜਾ ਸੰਦੇਸ਼ ਦੇਵਾਂਗੇ ਤੇ ਡਟ ਕੇ ਲੜਾਂਗੇ। ਤੇ ਸਾਨੂੰ ਆਪਣਾ ਨੁਕਸਾਨ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ। ਧੰਨਵਾਦ ਸਾਥੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਵੀ ਆਪਣਾ ਜਿਹੜਾ 11 ਦਿਨਾਂ ਤੋਂ ਇੱਥੇ ਅੰਦੋਲਨ ਚੱਲ ਰਿਹਾ ਆਪਣੇ ਅਬੋਹਰ 12 ਨੰਬਰ ਚੌਂਕ 'ਚ, ਸੋ ਉਸ ਨੂੰ ਲੈ ਕੇ ਅੱਜ 26 ਜਨਵਰੀ 'ਤੇ ਆਪਾਂ 2 ਦਿਨ ਪਹਿਲਾਂ ਐਲਾਨ ਕੀਤਾ ਸੀਗਾ ਵੀ 26 ਜਨਵਰੀ ਨੂੰ ਆਪਾਂ ਕੋਈ ਕਰੜਾ ਫੈਸਲਾ ਲੈਣਾ, ਉਸ ਦੇ ਬਾਬਤ ਹੀ ਅੱਜ ਆਪਾਂ ਇਹ ਨਰਮਾ ਲੈ ਕੇ ਸ਼ਹੀਦ ਆਪਣੇ ਮਹਾਰਾਣਾ ਉਗਰਸੈਨ ਚੌਂਕ ਆ ਜਿਹੜਾ ਆਪਣੇ ਸੀਨੀਅਰ ਸੈਕੰਡਰੀ ਸਕੂਲ ਕੋਲ, ਉੱਥੇ ਪਹੁੰਚੇ ਹਾਂ। ਆਪਦਾ ਪੁੱਤਾਂ ਵਾਂਗੂ ਪਾਲਿਆ ਫਸਲ ਹੈ ਜਿਹੜੀ, ਉਹਨੂੰ ਅੱਗ ਲਾਈ ਆ। ਜੇ ਪ੍ਰਸ਼ਾਸਨ ਹਜੇ ਵੀ ਨਾ ਜਾਗਿਆ, ਇਹ ਅੱਗ ਸਾਨੂੰ ਚਾਹੇ ਆਪ ਨੂੰ ਲਾਉਣੀ ਪਵੇ ਚਾਹੇ ਖੁਦ ਨੂੰ ਸਾਨੂੰ ਵਿੱਚ ਬਲਣਾ ਪਵੇ, ਤਾਂ ਅਸੀਂ ਇਹ ਨਰਮਾ ਜਿਹੜਾ ਜਿੰਨੀਆਂ ਟਰਾਲੀਆਂ ਹੈਗੀਆਂ ਉਹ ਵਿਕਵਾ ਕੇ 6500 ਰੁਪਏ ਦੇ ਹਿਸਾਬ ਨਾਲ ਪੈਸੇ ਲੈ ਕੇ ਹੀ ਇੱਥੋਂ ਉੱਠਾਂਗੇ। ਹੁਣ ਪ੍ਰਸ਼ਾਸਨ ਕਹਿ ਰਿਹਾ ਵੀ ਚਲੋ 12:30 ਕੋਈ ਮੀਟਿੰਗ, ਡੀਸੀ ਮੈਡਮ ਕਹਿ ਰਹੇ ਆ ਵੀ ਅਸੀਂ ਆ ਰਹੇ ਹਾਂ, ਮੀਟਿੰਗ ਹੋਊਗੀ, ਠੀਕ ਹੈ, ਪਰ ਅਸੀਂ ਉਨਾ ਚਿਰ ਆਹ ਟਰਾਲੀਆਂ ਵੀ ਇੱਥੇ ਰਹਿਣਗੀਆਂ, ਨਰਮਾ ਵੀ ਇੱਥੇ ਮੱਚਦਾ ਰਹੂ, ਉਨਾ ਟਾਈਮ ਅਸੀਂ ਇੱਥੇ ਰਵਾਂਗੇ। ਸੋ ਜਿਹੜੇ ਵੀਰ ਘਰਾਂ 'ਚ ਬੈਠੇ ਆ, ਸਾਰਿਆਂ ਨੂੰ ਮੈਸੇਜ ਲੱਗਾ, ਚਲੋ ਧੁੰਦ ਕਾਰਨ ਕਈ ਵੀਰ ਲੇਟ ਹੋ ਗਏ ਆ, ਉਹ ਜਲਦੀ ਤੋਂ ਜਲਦੀ ਅਬੋਹਰ ਆਪਣੇ ਸੀਨੀਅਰ ਸੈਕੰਡਰੀ ਸਕੂਲ ਕੋਲ ਪਹੁੰਚਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰੇ ਸਾਰੇ ਦੇਸ਼ ਵਾਸੀਆਂ ਨੂੰ, ਮੇਰੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਵੱਲੋਂ ਮੈਂ ਗਣਤੰਤਰ ਦਿਵਸ ਦੀ ਲੱਖ ਲੱਖ ਵਧਾਈਆਂ ਦਿੰਦਾ। ਮੇਰੇ ਪਿਆਰੇ ਵੀਰੋ, ਜਿਹੜੇ ਅੱਜ ਕਿਸਾਨ ਦੇ ਹਾਲਾਤ ਨੇ, ਵਧਾਈਆਂ ਸੁੱਕੀਆਂ ਵਧਾਈਆਂ ਲੈਣ ਵਾਲੇ ਹੋ। ਰਾਸ਼ਟਰਵਾਦ ਦਾ ਨਾਂ ਜੇ ਇਹਨਾਂ ਬਗੈਰ ਪੂਰਾ ਹੁੰਦਾ ਤਾਂ ਦੱਸ ਦਿਓ ਸਾਨੂੰ। ਅੱਜ ਅਸੀਂ ਆਪਣੀ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਇੱਥੇ ਚੌਂਕ 'ਤੇ ਸਾੜ ਰਹੇ ਹਾਂ। ਕਿਸਾਨ ਦੀ ਕਿੱਡੀ ਵੱਡੀ ਮਜਬੂਰੀ ਹੈ, ਜੇ ਇੰਨੀ ਫੁੱਟ ਜਵਾਕ ਚੁੱਕ ਕੇ ਅਤੇ ਚੁੱਲ੍ਹੇ 'ਚ ਧੂਈ 'ਚ ਸੁੱਟਦੇ, ਚਪੇੜਾਂ ਪੈਂਦੀਆਂ ਨੇ ਸਾਡੇ, ਅਸੀਂ ਮਾਰੀਆਂ ਆਪਣੇ ਜਵਾਕਾਂ ਨੂੰ, ਪਰ ਬਦਕਿਸਮਤੀ ਸਾਡੀ, ਬੜੇ ਦੁੱਖ ਨਾਲ ਸਾਨੂੰ ਆਪਣੀ ਫਸਲ ਨੂੰ ਇੱਥੇ ਸਾੜਨਾ ਪੈ ਰਿਹਾ। ਨਰਮਾ ਜਿਹੜਾ ਨਰਮਾ ਸਾਡਾ ਇੱਥੇ ਖੜਾ ਹੈ, 70-80 ਟਰਾਲੀਆਂ ਅਸੀਂ 6500 ਰੁਪਈਏ ਦੇ ਰੇਟ ਤੋਂ ਘੱਟ ਕਿਸੇ ਕੀਮਤ 'ਤੇ ਨਹੀਂ ਵੇਚਣੀਆਂ। ਮਰ ਜਾਣਾ ਮਨਜ਼ੂਰ ਹੈ, ਮਰ ਜਾਂਗੇ। 12:30 ਵਜਲਿਆ ਸਟੈਪ ਤੋਂ ਬਾਅਦ ਜੇ ਸਾਡੀ ਮੰਗ ਨਹੀਂ ਮੰਨੀ ਗਈ ਤਾਂ ਉਸ ਤੋਂ ਬਾਅਦ ਜੇ ਇਹ ਕਹਾਣੀ ਸਾਡੇ ਉੱਤੇ ਵਾਪਰਦੀ ਹੈ ਤੇ ਵਾਪਰ ਜੇ, ਅਸੀਂ ਕਰੜਾ ਸੰਦੇਸ਼ ਦੇਵਾਂਗੇ ਤੇ ਡਟ ਕੇ ਲੜਾਂਗੇ। ਤੇ ਸਾਨੂੰ ਆਪਣਾ ਨੁਕਸਾਨ ਹੋਵੇ ਤਾਂ ਕੋਈ ਪ੍ਰੋਬਲਮ ਨਹੀਂ, ਪਰ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ। ਧੰਨਵਾਦ ਸਾਥੀਓ।